ਦੋਸਤੋ ਜਿਨ੍ਹਾਂ ਨੇ ਪੰਜਾਬ ਦਾ ਨਿਰਮਾਣ ਕਰਨਾ ਅਜੋ ਨਿਰਮਾਣ ਕਰਨ ਵਾਲੇ ਲੋਕ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਕਿਉਂਕਿ ਉਹਨਾਂ ਦਾ ਆਪਣਾ ਵਿਕਾਸ ਰੁਕਿਆ ਹੋਇਆ ਹੈ ਪੰਜਾਬ ਦੇ ਜੇ ਅਸੀਂ ਗੱਲ ਕਰੀਏ ਨਿਰਮਾਣ ਯੂਨੀਅਨ ਦੇ ਅੱਜ ਸਾਰੇ ਮੈਂਬਰ ਜਿਹੜੇ ਮਜ਼ਦੂਰ ਮੈਂਬਰ ਨੇ ਉਹ ਇੱਥੇ ਇਕੱਤਰ ਹੋਏ ਨੇ ਕੁਝ ਆਗੂ ਸਾਡੇ ਨਾਲ ਮੌਜੂਦ ਨੇ ਸਰਕਾਰ ਤੋਂ ਇਹਨਾਂ ਦਾ ਰੋਸਾ ਕੀ ਹੈ ਅੱਜ ਇਹਨਾਂ ਦੀ ਕੀ ਮੰਗ ਲੈ ਕੇ ਇੱਥੇ ਆਏ ਹੋਏ ਨੇ ਇਹਨਾਂ ਤੋਂ ਗੱਲਬਾਤ ਕਰਦੇ ਕੀ ਨਾਮ ਦੀ ਤੁਹਾਡਾ ਹਰਿੰਦਰ ਰੰਧਾਵਾ ਜਨ ਸਖਤਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪ੍ਰਧਾਨ ਸਾਹਿਬ ਕੇਸ ਮੰਗ ਨੂੰ ਲੈ ਕੇ ਅੱਜ ਇਹ ਮਜ਼ਦੂਰ ਇੱਥੇ ਇਕੱਠੇ ਹੋਏ ਨੇ ਕੀ ਇਹਨਾਂ ਦੀਆਂ ਮੰਗਾਂ ਨੇ ਕਿਉਂ ਤੁਹਾਨੂੰ ਸੜਕਾਂ ਤੇ ਅੱਜ ਉਤਰਨਾ ਪਿਆ ਧਰਨਾ ਦੇਣਾ ਸਾਡੀ ਅੱਜ ਦੀ ਮੁੱਖ ਮੰਗ ਇਹ ਆ ਕਿ ਪੰਜਾਬ ਦੇ ਅੰਦਰ 21 ਲੱਖ ਕੰਸਟਰਕਸ਼ਨ ਵਰਕਰ ਨੇ ਸਾਡੇ ਅਸੀਂ ਬੜੀ ਲੰਬੀ ਲੜਾਈ ਤੋਂ ਬਾਅਦ 1996 ਦੇ ਵਿੱਚ ਇਹਨਾਂ ਕੰਸਟਰਕਸ਼ਨ ਵਰਕਾਂ ਵਾਸਤੇ ਕਾਨੂੰਨ ਬਣਵਾਇਆ ਪੰਜਾਬ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ ਉਹਦੇ ਵਾਸਤੇ ਬੜੀ ਐਜੀਟੇਸ਼ਨ ਕਰਨੀ ਪਈ ਸਾਨੂੰ ਹਾਈ ਕੋਰਟ ਜਾਣਾ ਪਿਆ 2 ਸਾਲ ਲਈ ਕੇਸ ਲੜਿਆ 2008 ਚ ਡਿਵੀਜ਼ਨ ਬੈਂਚ ਨੇ ਸਾਡੇ ਹੱਕ ਚ ਫੈਸਲਾ ਦਿੱਤਾ 2008 ਤੋਂ ਲੈ ਕੇ ਹੁਣ ਤੱਕ ਉਹ ਮਾੜੀ ਮੋਟੀ ਰਜਿਸਟ੍ਰੇਸ਼ਨ ਸ਼ੁਰੂ ਹੋਈ ਸੀ ਪਰ ਪਿਛਲੇ ਅਗਸਤ ਮਹੀਨੇ ਤੋਂ ਸਾਡੇ ਪ੍ਰਿੰਸੀਪਲ ਸੈਕਟਰੀ ਲੇਬਰ ਵਿਭਾਗ ਨੇ ਲੈਟਰ ਜਾਰੀ ਕਰਤਾ ਵੀ ਇਹ ਕੰਮ ਸਾਰਾ ਜਿਹੜਾ ਹੁਣ ਆਨਲਾਈਨ ਹੋਏਗਾ ਉਹਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਅੰਦਰ ਉਹ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਜਿਹੜੇ ਲੋਕਾਂ ਦੀ ਪਿਛਲੇ ਸਮੇਂ ਦੇ ਵਿੱਚ ਰਜਿਸਟ੍ਰੇਸ਼ਨ ਹੋਈ ਵੀ ਉਹ ਹਰ ਸਾਲ ਉਹ ਰੀਨਿਊ ਹੋਣੀ ਸੀ ਪਰ ਉਹ ਹੋ ਨਹੀਂ ਨਹੀਂ ਰਹੀ ਲੱਖਾਂ ਲੋਕਾਂ ਦੀ ਨਹੀਂ ਹੋਈ ਅਸੀਂ ਆਰਟੀ ਪਾ ਕੇ ਪੁੱਛਿਆ ਕਿ ਕਿੰਨੇ ਲੋਕਾਂ ਦੀ ਹੋਈ ਆ ਉਹ 10 ਮਹੀਨਿਆਂ ਦੇ ਵਿੱਚ ਕੇਵਲ 4806 ਬੰਦੇ ਜਿਨ੍ਹਾਂ ਦੀ ਕਾਪੀ ਰੀਨਿਊ ਨਹੀਂ ਹੋਈ ਆ। ਮਤਲਬ ਜਦੋਂ ਕਾਪੀ ਰੀਨਿਊ ਨਹੀਂ ਹੋਣੀ ਉਹ ਫਿਰ ਉਹਨਾਂ ਨੂੰ ਅੱਗੇ ਕੋਈ ਬੈਨੀਫਿਟ ਨਹੀਂ ਮਿਲਣਾ। ਇਸ ਵੇਲੇ ਪੰਜਾਬ ਦੇ ਅੰਦਰ 20 ਦੇ ਲਗਭਗੋ ਸਕੀਮਾਂ ਹੈਗੀਆਂ ਨੇ। ਸਾਡੇ ਜਿਹੜਾ ਬੋਰਡ ਹੈ ਪੰਜਾਬ ਪੱਦਰੀ ਬੋਰਡ ਹੈ ਜਿਹੜਾ ਕੰਸਟਰਕਸ਼ਨ ਵਰਕਰਾਂ ਦਾ ਉਹਦੇ ਵਿੱਚ 1517 ਕਰੋੜ ਰੁਪਈਆ ਪਿਆ ਵਾ। ਇਸੇ ਤਰ੍ਹਾਂ ਦੇਸ਼ ਦੇ ਅੰਦਰ ਵੀ 40000 ਕਰੋੜ ਰੁਪਈਆ ਵੱਖ-ਵੱਖ ਬੋਰਡਾਂ 'ਚ ਪਿਆ। ਤੇ ਸਾਡਾ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ 2006 ਤੋਂ ਉਹਦੇ ਤੇ 48 ਤੋਂ ਵੱਧ ਫੈਸਲੇ ਆ ਚੁੱਕੇ ਆ ਉਹ ਬਾਰ ਬਾਰ ਸੁਪਰੀਮ ਕੋਰਟ ਇਹ ਗੱਲ ਕਹਿ ਰਿਹਾ ਕਿ ਹਿੰਦੁਸਤਾਨ ਚ 8 ਕਰੋੜ ਤੋਂ ਵੱਧ ਕੰਸਟ੍ਰਕਸ਼ਨ ਵਰਕਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇ ਵੱਧ ਤੋਂ ਵੱਧ ਉਹਨਾਂ ਨੂੰ ਐਜੂਕੇਸ਼ਨ ਵਾਸਤੇ ਪੈਸੇ ਦਿੱਤੇ ਜਾਣ ਉਹਨਾਂ ਦੀ ਸਿਹਤ ਵਾਸਤੇ ਪੈਸੇ ਦਿੱਤੇ ਜਾਣ ਉਹਨਾਂ ਨੂੰ ਮਕਾਨ ਬਣਾਉਣ ਵਾਸਤੇ ਪੈਸੇ ਦਿੱਤੇ ਜਾਣ ਉਹਨਾਂ ਨੂੰ ਪੈਨਸ਼ਨ ਵਾਸਤੇ ਪੈਸੇ ਦਿੱਤੇ ਜਾਣ ਪਰ ਇਹ ਸਾਡੀ ਮੌਜੂਦਾ ਸਰਕਾਰ ਨਾ ਤਾਂ ਕਾਨੂੰਨ ਦੀ ਕੋਈ ਪਰਵਾਹ ਕਰ ਰਿਹਾ ਨਾ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਪਰਵਾਹ ਕਰ ਰਿਹਾ ਪਿਛਲੀ 19 ਮਾਰਚ ਨੂੰ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪਈ ਕਿ ਜੇ ਤੁਸੀਂ ਸਾਡੇ ਹੁਕਮਾਂ ਨੂੰ ਨਹੀਂ ਮੰਨਣਾ ਤੇ ਹਿੰਦੁਸਤਾਨ ਦੀ ਗਵਰਨਮੈਂਟ ਆਫ ਇੰਡੀਆ ਐਫੀਡੇਵਿਟ ਦੇ ਦੇ ਕਿ ਅਸੀਂ ਤੁਹਾਡੇ ਫੈਸਲਿਆਂ ਨੂੰ ਕੂੜੇਦਾਨ ਚ ਸੁੱਟ ਦਿੱਤਾ ਹੁਣ ਉਹਨਾਂ ਪਿਛਲੇ ਦਿਨਾਂ ਚ 4 ਤਰੀਕ ਹੀ 3 ਤਰੀਕ ਹੀ ਜਿਹੜਾ ਸਾਡਾ ਸੈਕਟਰੀ ਆਫ ਲੇਬਰ ਸੈਕਟਰ ਜਿਹੜਾ ਇੰਡੀਆ ਦਾ ਉਹ ਪੇਸ਼ ਨਹੀਂ ਹੋਇਆ ਅਗਲੇ ਦਿਨ ਉਹਨੂੰ ਪੇਸ਼ੀ ਵਾਸਤੇ ਉਹਨਾਂ ਸੁਪਰੀਮ ਕੋਰਟ ਨੇ ਸੱਦਿਆ ਤੇ ਹੁਣ ਉਹਨਾਂ ਨੇ 20 ਤਰੀਕ ਤੱਕ ਦਾ ਸਮਾਂ ਮੰਗਿਆ ਕਿ ਅਸੀਂ ਸਕੀਮ ਬਣਾਵਾਂਗੇ ਕਿਵੇਂ ਮਜ਼ਦੂਰ ਰਜਿਸਟਰਡ ਕਰਨੇ ਆ ਕਿਵੇਂ ਉਹਨਾਂ ਨੂੰ ਸਕੀਮਾਂ ਦਾ ਲਾਭ ਦੇਣਾ ਵਾ ਤੇ ਅਸੀਂ ਉੱਥੇ ਸੁਪਰੀਮ ਕੋਰਟ ਤੱਕ ਵੀ ਆਪਣੀ ਆਵਾਜ਼ ਏਠਾ ਰਹੇ ਆ ਕਿ ਇਹ ਜਿਹੜਾ ਆਨਲਾਈਨ ਕਰ ਦਿੱਤਾ ਇਹਦੇ ਨਾਲ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਮਜ਼ਦੂਰ ਰਜਿਸਟਰ ਨਹੀਂ ਹੋ ਰਹੇ ਉਹਨਾਂ ਨੂੰ ਬੈਨੀਫਿਟ ਨਹੀਂ ਮਿਲ ਰਿਹਾ ਇਹ ਤੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਮਜ਼ਦੂਰ ਵਰਗਾ ਅਨਪੜ ਹੁੰਦਾ ਇਹਨਾਂ ਨੂੰ ਮੋਬਾਈਲ ਦੇ ਬਾਰੇ ਜਾਂ ਆਨਲਾਈਨ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਦਿੱਕਤ ਆ ਰਹੀ ਹੈ ਦਿੱਕਤ ਇਹ ਆ ਵੀ ਇੱਕ ਤੇ ਇਹਨਾਂ ਜਿਹੜਾ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਦੇ ਦਿੱਤਾ ਨਾਲ ਹੀ ਫੈਸਲਾ ਇਹ ਕਰਤਾ ਕਿ ਜਿਹੜੇ 1600 ਸੇਵਾ ਕੇਂਦਰ ਬੰਦ ਕਰਤੇ 700 ਬੰਦ ਹੋ ਵੀ ਗਏ ਨੇ ਦੂਜੀ ਗੱਲ ਜਦੋਂ ਵਰਕਰ ਸੇਵਾ ਕੇਂਦਰ ਜਾਂਦਾ ਉਹ ਇੱਕ ਗੱਲ ਵੀ ਉਹ ਅਨਪੜਿਆ ਪੜ੍ਹਿਆ ਲਿਖਿਆ ਨਹੀਂ ਉਹਨੂੰ ਮੋਬਾਈਲ ਪੂਰੀ ਤਰ੍ਹਾਂ ਦੂਜਾ ਸਾਰੇ ਮਜ਼ਦੂਰਾਂ ਕੋ ਮੋਬਾਈਲ ਹੈ ਨਹੀਂ ਫਿਰ ਜਦੋਂ ਉਹਨੂੰ ਓਟੀਪੀ ਆਉਂਦਾ ਵਾ ਮੈਸੇਜ ਆਉਂਦਾ ਉਹ ਵਿਦਨ 2 ਮਿੰਟ ਉਹਨੂੰ ਉਹਨੇ ਕੱਢ ਕੇ ਉਹਨੂੰ ਭਰਨਾ ਹੁੰਦਾ ਉਹ 2 ਮਿੰਟ ਚ ਮੈਸੇਜ ਨਹੀਂ ਕੱਢ ਸਕਦਾ ਫਿਰ ਉਹ ਖਤਮ ਹੋ ਜਾਂਦੀ ਗੱਲ ਫਿਰ ਉਹ ਜਿਹੜੀ ਉਹਦੇ ਤੇ ਜਸਟ ਕਰਨੇ ਆ ਲੈਬਰ ਡਿਪਾਰਟਮੈਂਟ ਨੇ ਉਹਦਾ ਨੁਕਸਾਨ ਇਹ ਹੋ ਰਿਹਾ ਕਿ ਅੱਜ ਦਾ ਅਸਲ ਮਜ਼ਦੂਰ ਆ ਰਜਿਸਟਰਡ ਨਹੀਂ ਹੋ ਰਿਹਾ ਉਹਦੀ ਜਗ੍ਹਾ ਕੋਈ ਵੀ ਬੰਦਾ ਜਾ ਕੇ ਲੈਬਰ ਉੱਥੇ ਸੇਵਾ ਕੇਂਦਰ ਚ ਕਹੂਗਾ ਜੀ ਮੈਂ ਰਾਜ ਮਿਸਤਰੀ ਆ ਮੈਂ ਪੇਂਟਰ ਆ ਜਦੋਂ ਫੀਕਲ ਵੈਰੀਫਿਕੇਸ਼ਨ ਨਹੀਂ ਹੋਣੀ ਜਦੋਂ ਕਿ ਐਕਟ ਇਹ ਗੱਲ ਕਹਿੰਦਾ ਪੀ ਇਹ ਦੇਖਣਾ ਵਾ ਕਿ ਉਹ ਬੰਦਾ ਕੰਸਟਰਕਸ਼ਨ ਵਰਕਰ ਆ ਉਹਨੇ ਘੱਟੋ ਘੱਟ ਸਾਲ ਦੇ ਵਿੱਚ 3 ਮਹੀਨੇ ਕੰਮ ਕੀਤਾ ਵਾ ਉਹਦੀ ਉਮਰ 18 ਸਾਲ ਤੋਂ ਘੱਟਤ ਨਹੀਂ 60 ਸਾਲ ਤੋਂ ਵੱਧਤ ਨਹੀਂ ਇਹ ਉਹਦੀ ਕੰਡੀਸ਼ਨ ਆ ਉਹਦੇ ਵਿੱਚ ਕਿਤੇ ਨਹੀਂ ਇਹ ਗੱਲ ਲਿਖੀ ਕਿ ਮਜ਼ਦੂਰ ਰਜਿਸਟਰਡ ਹੋਏਗਾ ਪੀ ਜਦ ਕੋ ਮੋਬਾਈਲ ਹੋਏਗਾ ਇਸ ਕਰਕੇ ਸਾਡੀ ਅੱਜ ਦੀ ਮੰਗ ਆ ਪੀ ਆਨਲਾਈਨ ਦੇ ਨਾਲ ਨਾਲ ਆਫਲਾਈਨ ਵੀ ਹੋਣਾ ਚਾਹੀਦਾ ਤਾਂ ਕਿ ਮਜ਼ਦੂਰਾਂ ਦੀ ਵਾਤ ਤੋਂ ਵਾਤ ਰਜਿਸਟ੍ਰੇਸ਼ਨ ਹੋ ਜਾਵੇ ਤੇ ਉਹਨਾਂ ਨੂੰ ਵਾਤ ਤੋਂ ਵਾਤ ਬੈਨੀਫਿਟ ਮਿਲੇ ਜੀ ਕੀ ਨਾਮ ਜੀ ਤੁਹਾਡਾ ਮੰਗਤਰਾਮ ਪਾਸਲਾ ਦਾ ਦੇਖਦੇ ਹਾਂ ਅੱਜ ਜਿਹੜੇ ਲੋਕ ਪੰਜਾਬ ਦਾ ਸੂਬੇ ਦਾ ਨਿਰਮਾਣ ਕਰਦੇ ਨੇ ਉਹਨਾਂ ਨਿਰਮਾਣ ਕਰਨ ਵਾਲੇ ਵਰਕਰਾਂ ਨੂੰ ਹੀ ਅੱਜ ਸੜਕਾਂ ਤੇ ਉਤਰਨਾ ਪਿਆ ਤੇ ਵਿਰੋਧ ਕਰਨਾ ਪੈ ਰਿਹਾ ਸਰਦਾਰ ਅਸਲ 'ਚ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੋਨਾਂ ਦਾ ਮਜ਼ਦੂਰ ਹਿੱਤਾਂ ਦੇ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਮੋਦੀ ਨੇ ਪਹਿਲਾਂ ਇਹ ਕਹਿ ਕੇ ਵੀ ਮੈਂ ਸਾਰਾ ਕੁਝ ਜਿਹੜਾ ਮਨੀ ਆ ਬਾਜ਼ਾਰ ਵਿੱਚ ਚੱਲ ਰਿਹਾ ਇਹਦੀ ਜਗ੍ਹਾ ਤੇ ਤੁਮੇ ਡਿਜੀਟਲ ਇੰਡੀਆ ਬਣਾਉਣਾ ਹੈ ਮੈਂ ਚਾਉਣਾ ਲੇਕਿਨ ਇਹਦੇ باوجود ਵੀ ਦੁਨੀਆ ਪਰ ਵਿੱਚ ਜਿਹੜਾ ਐਡਵਾਂਸ سرمਾਇਦਾਰੀ ਦੇਸ਼ ਹੈ ਉੱਥੇ ਵੀ ਜਿਹੜਾ ਮਨੀ ਆ ਇਸ ਰੂਪ ਵਿੱਚ ਲੋਕੀ ਇਸਤੇਮਾਲ ਕਰਦੇ ਆ ਆਮ ਲੋਕ ਜਿਹੜੇ ਆ ਇਸੇ ਤਰ੍ਹਾਂ ਅਵਸਥਾ ਸਾਡੀ ਮਜ਼ਦੂਰਾਂ ਦੀ ਮੈਂਬਰਸ਼ਿਪ ਦੀ ਰਜਿਸਟ੍ਰੇਸ਼ਨ ਦੀ ਹੋਈ ਹੈ ਮਜ਼ਦੂਰ ਤਾਂ ਜਿਹਦੇ ਕੋਲ ਇਸ ਵੇਲੇ ਰੋਟੀ ਨਹੀਂ ਖਾਣ ਵਾਸਤੇ ਜਿਹੜਾ ਚੌਕ 'ਚ ਖੜਾ ਆ ਕੇ ਜਿਵੇਂ ਸੇਲ ਕਰਨੀ ਹੁੰਦੀ ਵੀ ਮੈਂ ਮਜ਼ਦੂਰੀ ਕਰਨ ਨੂੰ ਤਿਆਰ ਆ ਉਹਨੂੰ ਤੁਸੀਂ ਯੂਨੀਅਨ ਤੋਂ ਲੱਗ ਕਰ ਦਮੋ ਇਹ ਸਮਝੋ ਵੀ ਯੂਨੀਅਨ ਦੀ ਲੋੜ ਕੋਈ ਨਹੀਂ ਅੱਗੇ ਇੱਥੇ ਸੀ ਵੱਡੀਆਂ-ਵੱਡੀਆਂ ਸਰਕਾਰਾਂ ਵਾਲੇ ਜਦੋਂ ਮੌਜੂਦ ਯੂਨੀਅਨ ਬਣੀ ਆ ਉਦੋਂ ਤੋਂ ਉਹੀ ਮਜ਼ਦੂਰ ਦੀ ਗੱਲ ਸੁਣੀ ਜਾਣ ਲੱਗੀ ਆ ਜਦੋਂ ਹੁਣ ਅਸਲ 'ਚ ਇਹ ਜਿਹੜੀ ਸਰਕਾਰ ਆ ਪੰਜਾਬ ਦੀ ਤੇ ਕੇਂਦਰ ਦੀ ਇਹ ਇਸ ਮਜ਼ਦੂਰ ਨੂੰ ਆਪਣੀ ਯੂਨੀਅਨ ਤੋਂ ਤੋੜਨਾ ਚਾਹੁੰਦੀ ਆ ਤਾਂ ਕਿ ਉਹ ਆਪਣੀਆਂ ਮੰਗਾਂ ਲਈ ਲੜ ਨਾ ਸਕੇ ਇਹ ਕੋਈ ਇੱਕ ਇਹ ਢੰਗ ਅਸਲ 'ਚ ਇਹ ਆ ਦੂਸਰਾ ਮਸਲਾ ਇਹ ਆ ਵੀ ਇਹਦੇ ਸਰਕਾਰ ਪੰਜਾਬ ਦੀ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਦੇ ਆਰਡਰਸ ਆ ਉਹਦੇ ਖਿਲਾਫ ਮਾਨ ਹਾਨੀ ਦਾ ਮਕਦਮਾ ਚੱਲਣਾ ਚਾਹੀਦਾ ਸੁਪਰੀਮ ਕੋਰਟ ਦੇ ਕਹਿਣ ਦੇ ਅਨੁਸਾਰ ਟੀਵੀ ਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਮਜ਼ਦੂਰ ਰਜਿਸਟਰਡ ਹੋਣ ਇੰਨੇ ਪੈਸੇ ਕਰੋੜਾਂ ਪਏ ਆ ਲੇਕਿਨ ਰਜਿਸਟਰ ਕਰਨ ਦੀ ਬਜਾਏ ਉਹਦੀ ਗਿਣਤੀ ਵਧੇ ਇੱਥੇ ਗਿਣਤੀ ਜਿਵੇਂ ਦੱਸਿਆ ਗਿਆ 4500 ਟੋਟਲ ਰਜਿਸਟ੍ਰੇਸ਼ਨ ਹੋਈ ਆ ਇਹਦਾ ਮੈਨਾ ਲੱਖਾਂ ਮਜ਼ਦੂਰੋ ਆ ਜਿਹੜੇ ਕੰਮ ਕਰਦੇ ਆ ਲੇਕਿਨ ਰਜਿਸਟਰਡ ਨਹੀਂ ਹੈ ਇਹ ਬੜਾ ਵੱਡਾ ਗੁਨਾਹ ਆ ਪੰਜਾਬ ਸਰਕਾਰ ਦਾ ਅਸੀਂ ਅੱਜ ਮੰਗ ਕਰਨ ਆਏ ਆ ਵੀ ਜੇ ਇਹ ਨਹੀਂ ਕਰਨਾ ਇਹਨਾਂ ਨੇ ਇਹ ਕੰਮ ਨਾ ਕੀਤਾ ਮਜ਼ਦੂਰ ਨੂੰ ਆਫਲਾਈਨ ਵੀ ਰਜਿਸਟ੍ਰੇਸ਼ਨ ਦਾ ਅਧਿਕਾਰ ਨਾ ਦਿੱਤਾ ਤਾਂ ਇਹ ਮਜ਼ਦੂਰ ਜਿਹੜਾ ਆ ਫਿਰ ਕਲਾ ਇਹ ਮੰਤਰੀ ਨਹੀਂ ਹੈ ਅਸਲ ਮੁੱਖ ਮੰਤਰੀ ਨੂੰ ਘੇਰਨ ਦਾ ਮਨ ਬਣਾਏਗਾ ਫਿਰ ਅੱਜ ਅੱਜ ਕੀ ਪਲਾਨ ਹੈਗਾ ਕੀ ਪ੍ਰੋਗਰਾਮ ਲਿਖਿਆ ਜਾਇਆ ਗਿਆ ਤੁਹਾਡੇ ਤੋਂ ਕਿਹਦਾ ਵਿਰੋਧ ਕੀਤਾ ਜਾਣਾ ਹੈ ਅੱਜ ਸਰਕਾਰ ਦਾ ਨਮਾਇੰਦਾ ਲੇਬਰ ਮੰਤਰੀ ਆ ਜਿਹੜਾ ਲੇਬਰ ਦੇ ਮਹਿਕਵੇਂ ਨੂੰ ਮਜ਼ਦੂਰਾਂ ਦੇ ਮਸਲੇ ਸੁਣਦਾ ਅਸੀਂ ਉਹਨੂੰ ਮਿਲ ਚੁੱਕੇ ਸਾਡੇ ਸਾਥੀ ਲੇਕਿਨ ਅੱਜ ਪਹਿਲਾ ਉਹਦੇ ਨਾਲ ਆ ਜੇ ਉਹਨੇ ਗੱਲ ਨਾ ਮੰਨੀ ਜਿਹੜਾ ਉਹਦੇ ਅਧਿਕਾਰ ਖੇਤਰ ਚ ਆ ਹਾਲਾਂਕਿ ਜਿਹੜਾ ਚੀਫ ਸੈਕਟਰੀ ਆ ਪੰਜਾਬ ਦਾ ਉਹਨੇ ਵੀ ਕਿਹਾ ਵੀ ਆਫਲਾਈਨ ਹੋਣੀ ਚਾਹੀਦੀ ਰਜਿਸਟ੍ਰੇਸ਼ਨ ਸੁਪਰੀਮ ਕੋਰਟ ਵੀ ਕਹਿੰਦਾ ਵੀ ਵੱਤ ਤੋਂ ਮਜ਼ਦੂਰਾਂ ਨੂੰ ਰਜਿਸਟਰ ਕੀਤਾ ਜਾਵੇ ਜੇ ਇਸ ਲੇਬਰ ਮੰਤਰੀ ਨੇ ਨਾ ਮੰਨਿਆ ਅੱਜ ਦੇ ਇਸ ਘਰਾਓ ਤੋਂ ਬਾਅਦ ਤਰ ਮੈਂ ਫੇਰ ਕਿਹਾ ਵੀ ਫੇਰ ਸਾਡਾ ਜਿਹੜਾ ਧਾਰਾ ਹੈ ਨਾ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲ ਨੂੰ ਜਾਏਗੀ ਉਹਦਾ ਜ਼ਮਾ ਉਹਨਾਂ ਦਾ ਹੋਏਗਾ ਤੇ ਮੈਂ ਚਾਹੁੰਨਾ ਵੀ ਪੰਜਾਬ ਅੱਗੇ ਬਹੁਤ ਬਲਦੀ ਦੇ ਬੁੱਥੇ ਰਿਆ ਕਿਸਾਨ ਆਤਮ ਹੱਤਿਆ ਕਰ ਰਿਹਾ ਮਜ਼ਦੂਰ ਕਰਜ਼ੇ ਦੇ ਭਾਰ ਥੱਲੇ ਆ ਇਹ ਰੇ ਉਹੀ ਮਜ਼ਦੂਰ ਆ ਜਿਹੜਾ ਕਿਸਾਨੀ ਚ ਆਇਆ ਆ ਜਿਹੜਾ ਪਿੰਡਾਂ ਦੇ ਮਜ਼ਦੂਰਾਂ ਚੋਂ ਵੇਲਾ ਹੋ ਕੇ ਆਇਆ ਜੇ ਇੱਥੇ ਵੀ ਰਜਿਸਟਰ ਨਹੀਂ ਕਰਨ ਦੇਣੀ ਉਹਦੀ ਜਿਹੜਾ ਉਹਦੇ ਪੈਸੇ ਵੀ ਆਪਣੇ ਆ ਸਰਕਾਰ ਕੋ ਕਰੋੜਾ ਰੁਪਏ ਜਮ੍ਹਾਂ ਪਏ ਆ ਤੇ ਇਦੋਂ ਵੱਡ ਹੋਰ ਤੱਕਾ ਕੋਈ ਨਹੀਂ ਹੋ ਸਕਦਾ ਮਜ਼ਦੂਰਾਂ ਦਾ ਤੋਂ ਅੱਜ ਅਸੀਂ ਵਾਰਨ ਕਰਨਾ ਹੈ ਸਰਕਾਰ ਨੂੰ ਕਿ ਉਹ ਬਾਝ ਆਵੇ ਮਜ਼ਦੂਰਾਂ ਰਜਿਸਟ੍ਰੇਸ਼ਨ ਆਫਲਾਈਨ ਵੀ ਬਰਾਬਰ ਕਰੇ ਔਰ ਜਿਹੜੇ ਸਹੂਲਤਾਂ ਆ ਉਹਨਾਂ ਨੂੰ ਲਗਾਤਾਰੀ ਜ਼ਿਆਦਾ ਤੋਂ ਜ਼ਿਆਦ ਦਿੱਤੀਆਂ ਜਾਂਦਾ। ਪੰਜਾਬ ਦਾ ਮਜ਼ਦੂਰ ਵਰਗ ਅੱਜ ਸਰਕਾਰ ਦੇ ਖਿਲਾਫ ਉਤਰ ਚੁੱਕਿਆ ਹੈ। ਉਹਨਾਂ ਦੀ ਮੰਗ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ। ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਹੋ ਚੁੱਕੇ ਨੇ ਉਹਨਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਉਂ ਸਰਕਾਰ ਇਹ ਧਿਆਨ ਨਹੀਂ ਦੇ ਰਹੀ ਤੇ ਮਜ਼ਦੂਰਾਂ ਨੂੰ ਜਿਹੜੇ ਮੁਨਾਫੇ ਆ ਜਿਹੜੇ ਫਾਇਦੇ ਆ ਜਿਹੜੇ ਮਿਲਨੇ ਚਾਹੀਦੇ ਉਹ ਕਿਉਂ ਨਹੀਂ ਮਿਲ ਰਹੇ? ਕੀ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਆ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਇੰਦਰਜੀਤ ਸਿੰਘ ਗਰੇਵਾਲ ਆ ਜੀ। ਕਿੱਦਾਂ ਦੇਖਦੇ ਹਾਂ ਜਿਹੜੇ ਮਜ਼ਦੂਰਾਂ ਨੂੰ ਹੱਕ ਮਿਲ ਮੈਂ ਜੀ ਦੋ ਤਿੰਨ ਬੇਨਤੀਆਂ ਮੋٹے ਤੌਰ ਤੇ ਕਰਨਾ ਚਾਹੁੰਦਾ ਪਹਿਲੀ ਬੇਨਤੀ ਇਹ ਹੈ ਕਿ ਇਹ ਪੈਸਾ ਜੋ ਮਜ਼ਦੂਰ ਨੂੰ ਮਿਲਦਾ ਉਹ ਚ ਸਰਕਾਰ ਨੇ ਇੱਕ ਥੇਲਾ ਵੀ ਨਹੀਂ ਪਾਉਣਾ ਇਹ ਨਹੀਂ ਪਤਾ ਸਰਕਾਰ ਸੰਦੀ ਇਹ ਪੈਸੇ ਸਾਡੇ ਨੇ ਇੱਕ ਨਵਾਂ ਪੈਸਾ ਵੀ ਸਰਕਾਰ ਦਾ ਨਹੀਂ ਇਹ ਜਿਹੜੀ ਕੰਸਟਰਕਸ਼ਨ ਹੁੰਦੀ ਹੈ ਉਹਦਾ 1% ਸੈਸ ਲੱਗਦਾ ਉਹ ਪੈਸਾ ਇਸ ਅਕਾਊਂਟ ਵਿੱਚ ਆਉਂਦਾ ਉਹ ਪੈਸੇ ਨੇ ਮਜ਼ਦੂਰਾਂ ਦੇ ਵਿੱਚ ਜਾ ਕੇ ਵੰਡ ਹੋਣਾ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਦਾ ਇੱਕ ਪੁਆਇੰਟ ਤਾਂ ਸਾਡਾ ਇਹ ਹੈ ਦੂਸਰਾ ਪੁਆਇੰਟਸ ਮੈਂ ਇਹ ਕਹਿਣਾ ਚਾਹੁੰਨਾ ਕਿ ਜੋ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਲੇਬਰ ਸੈਕਟਰੀ ਨੇ ਜੋ ਫੈਸਲਾ ਕੀਤਾ ਆਨਲਾਈਨ ਦਾ ਉਹਦੇ ਨਾਲ ਇਹ ਗੱਲ ਕਲੀਅਰ ਹੋ ਗਈ ਕਿ ਜਿਹੜੀ ਆਲਰੇਡੀ ਮਜ਼ਦੂਰ ਰਜਿਸਟਰਡ ਹੋਏ ਹੋਏ ਨੇ ਕਿਉਂਕਿ ਉਹਨੇ ਸਾਲ ਤੋਂ ਬਾਅਦ ਰੀਨਿਊ ਹੋਣਾ ਉਹਦਾ ਨਵੀਨੀਕਰਨ ਸਾਲ ਤੋਂ ਬਾਅਦ ਹੋਣਾ ਜੇ ਸਾਲ ਤੋਂ ਬਾਅਦ ਨਵੀਨੀਕਰ ਨਹੀਂ ਹੋਇਆ ਉਹ ਕਾਪੀ ਖਤਮ ਹੋ ਗਈ ਇਹਦਾ ਮਤਲਬ ਸਾਲ ਤੋਂ ਬਾਅਦ ਆਨਲਾਈਨ ਰੀਮੇਨੀ ਕਰ ਨਹੀਂ ਹੋ ਰਹਾ ਤੇ ਪਹਿਲੀ ਬਣੀ ਕਾਪੀ ਵੀ ਖਤਮ ਹੋ ਗਈ ਤੇ ਉਸ ਨੂੰ ਜਿਹੜੇ ਪਹਿਲੇ ਬੈਨੀਫਿਟਸ ਆਲਰੇਡੀ ਮਿਲਨੇ ਸੀ ਉਸ ਨੂੰ ਉਸ ਤੋਂ ਬਾਅਦ ਉਹਦੇ ਬੱਚਿਆਂ ਦੇ ਉਹਦੀ ਮਤਲਬ ਕਿ ਡਿਲੀਵਰੀ ਦਾ ਉਸਦੇ ਵਿਆਹ ਬੱਚੇ ਦੀ ਸ਼ਾਦੀ ਦਾ ਉਹ ਕੋਈ ਪੈਸਾ ਉਸ ਨੂੰ ਨਹੀਂ ਮਿਲਣਾ ਇਹ ਇੱਕ ਬਹੁਤ ਵੱਡਾ ਪੰਜਾਬ ਦੀ ਸਰਕਾਰ ਪੰਜਾਬ ਦੇ ਨਰਮੂਨ ਨਿਰਮਾਣ ਮਜ਼ਦੂਰ ਦੇ ਨਾਲ ਧੋਖਾ ਕਰ ਰਹੀ ਹੈ ਇਹ ਇਸ ਧੋਖੇ ਨੂੰ ਅੱਜ ਦਾ ਜਿਹੜਾ ਨਿਰਮਾਣ ਮਜ਼ਦੂਰ ਆ ਉਹ ਸਮਝ ਕੇ ਇਸ ਗੁੱਸੇ ਦੇ ਵਿੱਚ ਆਇਆ ਕਿ ਸਾਡਾ ਪੈਸਾ ਸਾਨੂੰ ਕਿਉਂ ਨਹੀਂ ਮਿਲ ਰਿਹਾ ਸਾਨੂੰ ਕਿਉਂ ਨਹੀਂ ਰਜਿਸਟਰਡ ਕੀਤਾ ਜਾ ਰਿਹਾ ਜੇ ਅਸੀਂ ਗੱਲ ਕਰੀਏ ਇਹ ਪੈਸਾ ਜਿਹੜਾ ਤੁਸੀਂ ਦੱਸਿਆ ਜਿੱਦਾਂ ਹੁਣ ਪੰਜਾਬ ਦੇ ਵਿੱਚ ਵੀ 1500 ਤੋਂ ਵੱਧ ਪੈਸਾ ਹੈਗਾ ਤੇ ਪੂਰੇ ਦੇਸ਼ ਦੀ ਗੱਲ ਕਰੀਏ ਉੱਥੇ ਵੀ ਬਹੁਤ ਸਾਰਾ ਪੈਸਾ ਪਿਆ ਹੈਗਾ ਤੁਹਾਨੂੰ ਲੱਗਦਾ ਨਹੀਂ ਕਿ ਇਹ ਦਾ ਗਲਤ ਇਸਤੇਮਾਲ ਹੋ ਸਕਦਾ ਜਿਹੜਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਉਹ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਮੁਨਾਫੇ ਲਈ ਵਰਤ ਸਕਦੀਆਂ ਇਦੇ ਲਈ ਇੱਕ ਵਾਰ ਸਰਕਾਰ ਨੇ ਪੰਜਾਬ ਦੀ ਸਰਕਾਰ ਦਾ ਆਇਆ ਸੀ ਕਿ ਜਿਹੜਾ ਭਵਨ ਬਣ ਰਿਹਾ ਬਣਾਇਆ ਸੀ ਅਸੀਂ ਉਹ ਤੇ ਕਰਾਂਗੇ ਲੇਕਿਨ ਅਸੀਂ ਵਿਰੋਧ ਕੀਤਾ ਸੀ ਲੇਕਿਨ ਇਹ ਹਜੇ ਐਕਟ ਦੇ ਵਿੱਚ ਵੀ ਹੈਗਾ ਇਹ ਐਕਟ ਦੇ ਕਰਕੇ ਰੁਕੇ ਹੋਏ ਨੇ ਐਕਟ ਦੇ ਵਿੱਚ ਲਿਖਿਆ ਵੀ 10% ਤੁਸੀਂ ਸਿਰਫ ਐ ਐਕਸਟਰਾ ਉੱਤੇ ਖਰਚ ਕਰ ਦਿਓ ਆਫਿਸਰ ਦੇ ਵਿੱਚ ਹੋਰ ਉਹਦੇ ਤੇ ਕਰ ਸਕਦੇ ਹੋ ਬਾਕੀ ਸਟੈਬਲਿਸ਼ਮੈਂਟ ਤੇ ਬਾਕੀ ਹੋਰ ਤੁਸੀਂ ਪੈਸਾ ਕਿਤੇ ਖਰਚ ਨਹੀਂ ਕਰ ਸਕਦੇ ਉਹ ਬੰਦਿਸ਼ ਕਰਕੇ ਪੈਸਾ ਬਚਿਆ ਹੋਇਆ ਅਦਰਵਾਈਜ਼ ਤੇ ਹੁਣ ਨੂੰ ਕਦੇ ਖਾ ਜਾਂਦੀਆਂ ਸੂਬੇ ਦੀਆਂ ਸਰਕਾਰਾਂ ਸੋ ਇਸ ਲਈ ਇਹਨਾਂ ਦੀ ਨਿਗਾ ਇਹੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਉਸ ਪੈਸੇ ਨੂੰ ਹੜੱਪ ਕੇ ਅਸੀਂ ਜਿਹੜਾ ਸਾਡਾ ਡੈਫਿਸਟਾ ਪੰਜਾਬ ਦੀ ਸਰਕਾਰ ਦਾ ਉਥੋਂ ਕੋਈ ਮੋਟਾ ਮੋਟਾ ਵੱਡੀ ਅਮਾਊਂਟ ਹੈ ਉਧਰ ਪੂਰਾ ਕਰੀਏ ਮੈਂ ਮਹਿਸੂਸ ਕਰਦਾ ਵੀ ਇਹ ਹੈ ਨੈਜੀਰੀਆ ਹੈ ਸਰਕਾਰ ਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਮਜ਼ਦੂਰਾਂ ਦਾ ਹੀ ਪੈਸਾ ਉਹਨਾਂ ਨੂੰ ਦੇਣਾ ਨਹੀਂ ਚਾਹੁੰਦੀ ਕੀ ਨਾਮ ਜੀ ਤੁਹਾਡਾ ਗੰਗਾ ਪ੍ਰਸਾਦ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਿੱਦਾਂ ਦੇਖਦੇ ਹੋ ਅੱਜ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਆਉਣਾ ਪੈ ਰਿਹਾ ਆਪਣੇ ਮਜ਼ਦੂਰਾਂ ਕੋਲ ਜਿਸੇ ਸੰਘਰਸ਼ ਕੇ ਅਲਾਵਾ ਕੋਈ ਰਾਸਤਾ ਹੀ ਨਹੀਂ ਹੈ ਇਸ ਲਈ ਕਰਕੇ ਅੱਜ ਹਮ ਲੋਕਾਂ ਨੇ ਮਜਬੂਰ ਹੋ ਕਰ ਕੇ ਇਹ ਲੇਬਰ ਮੰਤਰੀ ਕੋ ਕੋਠੀ ਕੋ ਘਰਾਵ ਕਰਨ ਕੇ ਲਈ ਮਜਬੂਰ ਹੋਏ ਹਨ ਔਰ ਕੋਠੀ ਘੇਰेंगे ਵੀ ਔਰ ਅੱਜ ਕੇ ਪ੍ਰੋਗਰਾਮ ਕੇ ਬਾਅਦ ਅਗਰ ਇਹ ਆਨਲਾਈਨ ऑनलाइन जैसे जो है ऑफलाइन शुरू नहीं किया तो फिर हम लोगों ने मुख्यमंत्री को घिराव करने की ये काम करेंगे जल्दी ही मीटिंग करके फैसला लेंगे और मुख्यमंत्री को घिराव करने का ये फैसला करेंगे हम लोगों और करेंगे भी ये आज का जैसे हमारा संघर्ष का ये हमारा जैसे तल है ਸਰਕਾਰ ਕਿਉਂ ਨਹੀਂ ਲੱਗ ਰਿਹਾ ਤੁਹਾਨੂੰ ਵੀ ਕਿਉਂ ਮਜਦੂਰਾਂ ਦੀ ਗੱਲ ਨਹੀਂ ਸੁਣ ਰਹੀ ਕਿਉਂ ਉਹਨਾਂ ਦੇ ਹੱਕ ਜਿਹੜੇ ਆ ਬਣਦੇ ਉਹ ਨਹੀਂ ਦੇ ਰਹੀ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਮਨਸ਼ਾ ਕੀ ਇਹ ਸਰਕਾਰ ਕੀ ਮਨਸ਼ਾ ਇਹ ਹੈ ਇਹ ਕੇਵਲ ਲਾਰੇ ਬਾਜ ਸਰਕਾਰ ਸਾਬਤ ਹੋਇਆ ਹੈ ਮਜ਼ਦੂਰਾਂ ਕੋ ਕੁਝ ਦੇਣਾ ਨਹੀਂ ਚਾਹਤਾ ਹੈ ਜਬਕਿ ਨਾ ਤੋ ਸੈਂਟਰ ਸਰਕਾਰ ਕੀ ਤਿਜੋਰੀ ਸੇ ਇੱਕ ਪੈਸਾ ਨਿਕਲਣਾ ਹੈ ਨਾ ਤੋ ਸਟੇਟ ਸਰਕਾਰ ਕੀ ਤਿਜੋਰੀ ਸੇ ਨਿਕਲਣਾ ਹੈ ਇਹ ਮਜ਼ਦੂਰਾਂ ਕੀ ਹੀ ਪੈਸਾ ਮਜ਼ਦੂਰਾਂ ਨੂੰ ਦੇਣਾ ਚਾਹਤਾ ਹੈ ਇਸ ਦਾ ਦਿਲ ਬੇਮਾਨ ਹੋ ਚੁੱਕਾ ਹੈ ਕੀ ਨਾਮ ਜੀ ਨੱਥਾ ਸਿੰਘ ਢਡਵਾਲ ਜਨਰਲ ਸੈਕਟਰੀ ਸੀਟੀਯੂ ਪੰਜਾਬ ਤਾਂ ਦੇਖਦੇ ਹੋ ਜਨਾਬ ਅੱਜ ਮਜ਼ਦੂਰ ਜਿਹੜਾ ਵਰਗ ਆ ਜਿਹੜਾ ਮਿਹਨਤ ਕਸ਼ ਵਰਗ ਆ ਉਹ ਆਪਣੇ ਹੱਕ ਦੇ ਲਈ ਸੜਕਾਂ ਤੇ ਉਤਰ ਰਿਹਾ ਸਰਕਾਰ ਦਾ ਰਵਈਆ ਕਿਹੋ ਜਿਹਾ ਲੱਗ ਰਿਹਾ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਆਪਣੇ ਹੱਕ ਨਹੀਂ ਮਿਲਦਾ ਸਾਨੂੰ ਇਹ ਲੱਗਦਾ ਕਿ ਕੈਪਟਨ ਸਰਕਾਰ ਤੇ ਉਹਦੇ ਮੰਤਰੀ ਬਿਲਕੁਲ ਨਾਹਲ ਨੇ ਉਹਨਾਂ ਨੂੰ ਇਸ ਕਾਨੂੰਨ ਦੇ ਬਾਰੇ ਚ ਕੋਈ ਜਾਣਕਾਰੀ ਨਹੀਂ ਸਿਰਫ ਬਿਊਰੋਕ੍ਰੇਸੀ ਜਿਹੜੀ ਹੈ ਇਹ ਆਪਣੇ ਢੰਗ ਵਰਤਕੇ ਤੇ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਲਾਭ ਤੋਂ ਬਾਂਝੇ ਰੱਖਣਾ ਚਾਹੁੰਦੀ ਹੈ ਕਿਉਂਕਿ ਜਿਹੜਾ ਪ੍ਰਿੰਸੀਪਲ ਸ਼ਕਤੀ ਲੇਬਰ ਹੈ ਸ੍ਰੀ ਸੰਜੇ ਕੁਮਾਰ ਉਹਨੇ ਹੀ ਇਹ ਹੁਕਮ ਜਾਰੀ ਕੀਤੇ ਐ ਕਿ ਜਿਹੜਾ ਆਫਲਾਈਨ ਸਿਸਟਮ ਨੂੰ ਬੰਦ ਕੀਤਾ ਜਾਵੇ ਔਰ ਮੰਤਰੀ ਨੇ ਦੋ ਤਿੰਨ ਵਾਰੀ ਸਾਡੇ ਨਾਲ ਡਿਸਕਸ ਕੀਤੀ ਅਸੀਂ ਡੈਪੂਟੇਸ਼ਨ ਮਲੇ ਆ ਮੰਨੇ ਆ ਵੀ ਹੋਣਾ ਚਾਹੀਦਾ ਤੇ ਬਾਅਦ ਦੇ ਵਿੱਚ ਮੁੜ ਕੇ ਜਦੋਂ ਸਕਤੀ ਨੂੰ ਮਿਲਦੇ ਐ ਸਕਤੀ ਇਹਨਾਂ ਦੇ ਪਾਰੂ ਹੋ ਜਾਂਦਾ ਔਰ ਇਹਨਾਂ ਦੀ ਬੇਈਮਾਨੀ ਜਿਹੜੀ ਆ ਉਹ ਸਾਬਤ ਹੁੰਦੀ ਹੈ ਆਨਲਾਈਨ ਸਿਸਟਮ ਕਰਕੇ ਵੀ ਬਹੁਤ ਦਿੱਕਤ ਆ ਰਹੀ ਹੈ ਮਜ਼ਦੂਰਾਂ ਨੂੰ ਆਨਲਾਈਨ ਕਰਕੇ ਕਿਤੇ ਨਾ ਕਿਤੇ ਜੂਨੀਅਨਾਂ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵੀ ਯੂਨੀਅਨਾਂ ਟੁੱਟ ਜਾਣ ਯੂਨੀਅਨ ਜਿਹੜੇ ਵਰਕਰ ਆ ਅਲੱਗ ਹੋ ਜਾਣ ਕੀ ਲੱਗਦੀ ਹੈ ਰਣਨੀਤੀ ਕੀ ਲੱਗਦੀ ਸਰਕਾਰ ਪਹਿਲੀ ਗੱਲ ਤਾਂ ਇਹ ਕਿ ਆਨਲਾਈਨ ਦੇ ਨਾਲ ਕੰਮ ਬਿਲਕੁਲ ਠੱਪ ਪਿਆ ਟੋਟਲ ਪੰਜਾਬ ਦੇ ਵਿੱਚ ਦੂਜਾ ਉਹ ਇਹ ਸਮਝਦੇ ਆ ਕਿ ਜਦੋਂ ਜੂਨਨਾਂ ਰਹਿਣ ਗਈਆਂ ਤਾਂ ਇਹ ਅੱਗੇ ਮੰਗ ਕਰਨ ਗਈਆਂ ਕਿ ਸਾਡੇ ਬੈਨੀਫਿਟ ਹੋਰ ਵਾਧਾ ਕੀਤਾ ਜਾਵੇ ਕਿਸੇ ਬੈਨੀਫਿਟ ਦੇ ਵਿੱਚ ਕਟੌਤੀ ਨਾ ਕੀਤੀ ਜਾਵੇ ਤੇ ਉਹ ਜੂਨਨਾਂ ਨੂੰ ਇੱਕ ਪਾਸੇ ਕਰਕੇ ਲੋਕਾਂ ਦਾ ਏਕਤਾ ਤੋੜਨਾ ਚਾਹੁੰਦੇ ਆ ਔਰ ਹੌਲੀ-ਹੌਲੀ ਜਿਹੜੇ ਬੈਨੀਫਿਟ ਲੋਕਾਂ ਦੀ ਏਕਤਾ ਨਾਲ ਮਨਵਾਏ ਗਏ ਆ ਉਹ ਬੈਨੀਫਿਟ ਖੋਹਣਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ ਇਹ ਉਹਨਾਂ ਦੀ ਮਨਸਾ ਹੈ ਮਜ਼ਦੂਰ ਅੱਜ ਆਪਣੇ ਹੱਕਾਂ ਦੇ ਲਈ ਮੁਹਾਲੀ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਵੀ ਪਹੁੰਚੀਆਂ ਹੋਈਆਂ ਨੇ ਮਜ਼ਦੂਰ ਪਹੁੰਚੀਆਂ ਹੋਈਆਂ ਨੇ ਆਪਣੀਆਂ ਹੱਕਾਂ ਦੀ ਮੰਗ ਕਰ ਰਹੇ ਨੇ ਕਿਉਂਕਿ ਸਰਕਾਰ ਜਿਹੜੀ ਆ ਉਹਨਾਂ ਦੇ ਜਿਹੜੇ ਬਣਦੇ ਹੱਕ ਨੇ ਉਹ ਨਹੀਂ ਦੇ ਰਹੀ ਇਹਨਾਂ ਤੋਂ ਪੁੱਛਦੇ ਆ ਕਿੰਨੀਆਂ ਦਿੱਕਤਾਂ ਨੇ ਇਹਨਾਂ ਨੂੰ ਕੀ ਮੁਸ਼ਕਲਾਂ ਨੇ ਕੀ ਨਾਮ ਜੀ ਤੁਹਾਡਾ ਜਸਵਿੰਦਰ ਕੋਲ ਕਿੰਨੀਆਂ ਦਿੱਕਤਾਂ ਨੇ ਸਰਕਾਰ ਕਿਉਂ ਨਹੀਂ ਤੁਹਾਡੇ ਹੱਕ ਦੇ ਰਹੀ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਹੈ ਤੇ ਤੁਹਾਨੂੰ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਇਸ ਵਕਤ ਸਾਨੂੰ ਬਹੁਤ ਦਿੱਕਤਾਂ ਆਈਆਂ ਸਾਨੂੰ ਆਨਲਾਈਨ ਚੈਨਲ 'ਤੇ ਸਾਡੇ ਮੈਸੇਜ ਕੀਤੇ ਆਨਲਾਈਨ ਸਿਸਟਮ ਤਾਂ ਜਾਨੀ ਕਿ ਪਤਾ ਨਹੀਂ ਲੱਗ ਰਿਹਾ ਮਜ਼ਦੂਰਾਂ ਨੂੰ ਇਸ ਕਰਕੇ ਉਹਨਾਂ ਦੇ ਜਿਹੜੇ ਬੰਦੇ ਹੱਕ ਉਹ ਨਹੀਂ ਮਿਲ ਰਹੇ ਹਾਂਜੀ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕਰਮਜੀਤ ਹੈ ਕਿੰਨੀਆਂ ਦਿੱਕਤਾਂ ਨੇ ਪਰਿਵਾਰ ਚਲਾਉਣ ਦੇ ਵਿੱਚ ਕਿਉਂਕਿ ਸਰਕਾਰ ਜਿਹੜੀ ਹੈ ਤੁਹਾਡੇ ਬੰਦੇ ਹੱਕ ਨਹੀਂ ਦੇ ਰਹੀ ਜਿੰਨੀਆਂ ਮਿਹਨਤਾਂ ਨਾਲ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਕਿੱਦਾਂ ਦੇਖਦੇ ਸਰਕਾਰ ਦੇ ਹਾਂਜੀ ਸਾਨੂੰ ਆਨਲਾਈਨ ਤੇ ਆਫਲਾਈਨ ਹੋਣਾ ਚਾਹੀਦਾ ਜ਼ਰੂਰ ਵੀ ਜੀ ਤੇ ਨਾਲੇ ਬਾਕੀ ਮੋਬਾਈਲ ਦਾ ਸਿਸਟਮ ਬੰਦ ਕਰਿਆ ਜਾਵੇ ਮੈਸੇਜ ਨਹੀਂ ਪੜੇ ਜਾ ਸਕਦੇ ਨਾਂਣ ਪੜਾਏਗੇ ਤੇ ਨਾਲੇ ਕਈ ਵਾਰੀ ਮੋਬਾਈਲ ਹੁੰਦੇ ਨਹੀਂਗੇ ਕੋਲੇ ਬੜੀ ਵੱਡੀ ਦਿੱਕਤ ਆ ਬਹੁਤ ਸਾਰੇ ਮਜ਼ਦੂਰਾਂ ਦੇ ਕੋਲ ਮੋਬਾਈਲ ਹੁੰਦੇ ਨਹੀਂ ਕਿਉਂਕਿ ਮਜ਼ਦੂਰ ਜਿਹੜਾ ਵਰਗ ਆ ਉਹ ਸਿਰਫ ਮਿਹਨਤਕਸ਼ ਆ ਮਿਹਨਤ ਕਰਦਾ ਆ ਤੇ ਉਹਨਾਂ ਨੂੰ ਇਹਨਾਂ ਵੇਲੇ ਨਹੀਂ ਹੁੰਦਾ ਕਿ ਮੋਬਾਈਲਾਂ ਦੇ ਵਿੱਚ ਆਪਣੇ ਜਿਹੜੇ ਮੈਸੇਜ ਆਉਂਦੇ ਆ ਆਨਲਾਈਨ ਸਿਸਟਮ ਦੇ ਉਹ ਦੇਖ ਸਕਣ ਤੇ ਉਹਨਾਂ ਦੇ ਬਾਰੇ ਕੋਈ ਰਿਪਲਾਈ ਕਰ ਸਕਣੇ ਬੜੀ ਵੱਡੀ ਦਿੱਕਤ ਆ ਕੀ ਨਾਮ ਜੀ ਤੁਹਾਡਾ ਹਮਾਰਾ ਸਰ ਨਾਮ ਨੰਦਿਕਸ਼ੌਰ ਮੌਰਿਆ ਵਾਈਸ ਪ੍ਰਧਾਨ ਪੰਜਾਬ ਨਿਰਮਲ ਮਜ਼ਦੂਰ ਯੂਨੀਅਨ ਸਰ ਮੇਰੇ ਕੋ ਦਿੱਕਤ ਬਹੁਤ ਆ ਰਹਾ ਹੈ ਮੇਰੇ ਕੋ ਨਹੀਂ ਹਰ ਸਾਡੇ ਜੋ ਵੀ ਮਜ਼ਦੂਰ ਭਾਈ ਹੈ ਪਹਿਨੇ ਹੈ ਮਾਰੀ इनको इतना प्रॉब्लम आ रहा है कि जो सरकार ने जूनियर से पदवी छोड़ कर छीन करके और जो दिया गया है ऑनलाइन ऑनलाइन में हर मज़दूर को बहुत ही दिक्कत आ रहा है क्योंकि जो 75 परसेंट मज़दूर अनपढ़ होता है एक दो दर्जा पढ़ा होता है जिसको मैसेज का पता नहीं लगता है जिसको मोबाइल अच्छी तरह चलाना नहीं आता है और इस करके पंजाब पंजाब सरकार ने ये बहुत ही सोच समझ के मजदूरों के साथ धोखा किया है कि इनको ऑनलाइन के फेरे में डाल दो ताकि ये अपना कोई हक ना मांग सकन ना इनको स्कीम के बारे में पता चले और ना ही ये अपना हक ले सकन दूसरा नंबर सर समझ लो कि कई सालों से पंद्रह अठारह साल हो गया तेरह साल हो गया कई सालों से वैसे सन उन्नीस का बना हुआ कानून 2008 में पंजाब में लागू हुआ वो भी ऐसे नहीं लागू हुआ पंजाब के और पूरे देश के जो निर्माण मजदूरों का कार्य था वो सेंट्रल सरकार ने तो लागू कर दिया पर पंजाब सरकार ने 2008 में लागू किया वो भी कोर्ट के बार बार ऑर्डर के बाद लास्ट में जो कोर्ट ने ऑर्डर किया कि 90 दिन के अंदर अंदर अगर कानून लागू नहीं हुआ तो लेबर मंत्री को जेल हो जाएगा फिर पंजाब सरकार ने उस वक्त अकाली और बीजेपी की सरकार थी फिर इन्होंने पंजाब में लागू किया लेकिन थोड़ा बहुत रजिस्ट्रेशन हुआ उसके बाद लोगों को पता नहीं चलता था मजदूरों को पता नहीं चलता था उसके बाद इन्होंने दो साल कोई बेनिफिट मजदूरों को नहीं दिया जब मजदूर संघर्ष किया बार बार रैलियाँ किया और मजदूर अपना टाइम वेस्ट करके लोगों को बताया जा जाकर घर घर और आज क्या हुआ है कि जो यूनियन जो यूनियन हमारी पंजाब निर्माण मजदूर यूनियन जो इस यूनियन ने कानून को लागू करवाया कोर्ट ने ऑर्डर दिया कि जो बोर्ड का मेंबर हैं वो यूनियन के पाए जान। लेकिन ये सरकार ने धोखाबाजी किया और ये अपने दलालों को बिठा दिया कुर्सी पर जो मजदूरों का समस्या तो क्या सुनना वो अपना घर नहीं देख सकते हैं और आप बात करिए कि जो कांग्रेस के मंत्री हैं उनके मंत्री भी ऐसे हैं कि जिनको अपने देश का इतिहास नहीं पता है जिनको मजदूर कानून के बारे में पता नहीं है उनको तो लेबर मंत्री बना देते हैं ਮੈਂ ਇੱਕ ਸੰਗਠਨ ਤੋਂ ਗਿਲਜੀਆ ਜੋ ਤਿੰਨ ਵਾਰ ਮੇਲੇ ਬਣ ਚੁੱਕਾ ਹੈ ਮੈਂ ਉਸਕਾ ਬਾਤ ਕਰਤਾ ਹੂੰ ਪਿਛਲੇ ਸਾਲ ਜਦ ਉਸਕੇ گاਉਂ ਮੇ ਪੰਜਾਬ ਨਿਰਮਾਲ ਮਜ਼ਦੂਰ ਯੂਨੀਅਨ ਗਰੀਬੋ ਕੋ ਸਾਈਕਲ ਮਿਲਤਾ ਹੈ ਬੋਰਡ ਕੀ ਤਰਫ ਸੇ ਸਰਕਾਰ ਨਹੀਂ ਦੇ ਰਹੀ ਹੈ ਸਰਕਾਰ ਤੋ ਖਾਣੇ ਮੇ ਲਗੀ ਹੋਈ ਹੈ ਤੁਹਾਡੇ ਮੁਤਾਬਿਕ ਸਰਕਾਰ ਜਿਹੜੇ ਬੰਦੇ ਹੱਕ ਨੇ ਮੌਜੂਦ ਨੇ ਉਹ ਦੇਣ ਦੇ ਇਰਾਦੇ ਦੇ ਵਿੱਚ ਨਹੀਂ ਹਾਂ ਨਹੀਂ ਹੈ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਗਵੰਤ ਸਿੰਘ ਪੰਜਾਬ ਨਿਰਮਾਲ ਮਜ਼ਦੂਰ ਯੂਨੀਅਨ ਸਗਰੂਰ ਦਾ ਪ੍ਰਧਾਨ ਕਿਦਾਂ ਦੇਖਦੇ ਹੋ ਸਰਕਾਰ ਦੇ ਰਵਈਏ ਨੂੰ ਜਿਹੜਾ ਮਜ਼ਦੂਰਾਂ ਪ੍ਰਤੀ ਇਸ ਵਕਤ ਅਖਤਿਆਰ ਕੀਤਾ ਹੋਇਆ ਹੈ ਸਰਕਾਰ ਮਜ਼ਦੂਰਾਂ ਦੇ ਨਾਲ ਪੂਰਾ ੱਤਕਾ ਹੋ ਰਿਹਾ ਜੀ ਮਜ਼ਦੂਰ ਅਨਪੜ ਹੈ ਉਹਨੂੰ ਮੋਬਾਈਲ ਬਾਰੇ ਹੀ ਪੂਰੀ ਜਾਣਕਾਰੀ ਨਹੀਂ ਹੈ ਤਾਂ ਉਹ ਔਨਲਾਈਨ ਦੇ ਬਾਰੇ ਕੀ ਜਾਣਦਾ ਹੋਊਗਾ ਹੁਣ ਜਿਹੜੀਆਂ ਭੈਣਾਂ ਰੋੜੀ ਕੁੱਟ ਕੇ ਵਿਚਾਰੀਆਂ ਆਪਦੀਆਂ ਗੁਜ਼ਾਰਾ ਕਰਦੀਆਂ ਨੇ ਉਹਨਾਂ ਨੂੰ ਸਮਝ ਲਓ ਪਹਿਲਾਂ ਤਾਂ ਮੋਬਾਈਲ ਹੀ ਨਹੀਂ ਚਲਾਉਣਾ ਆਉਂਦਾ ਉਹ ਘਰ ਦਾ ਖਰਚਾ ਹੀ ਮਸਾ ਚਲਾਉਂਦਿਆਂ ਨੇ ਹੁਣ 1 ਸਾਲ ਹੋ ਗਿਆ ਰੀਨਿਊ ਜਮਾ ਹੀ ਬੰਦ ਹੋਈ ਪਈ ਆ ਆਨਲਾਈਨ ਕਾਰਨ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਲੱਗਦਾ ਤੇ ਦੂਸਰੀ ਗੱਲ ਹੈ 21 ਲੱਖ ਮਜ਼ਦੂਰ ਦੇ ਵਿੱਚੋਂ ਸਿਰਫ 5-6 ਲੱਖ ਮਜ਼ਦੂਰ ਯੂਨੀਅਨ ਆਪਣੇ ਮਜ਼ਦੂਰ ਰਜਿਸਟਰਡ ਹੋਇਆ ਸੀ ਉਹਦੇ ਵਿੱਚੋਂ ਵੀ ਹੁਣ ਆਨਲਾਈਨ ਹੋਣ ਕਾਰਨ ਕੋਈ ਵੀ ਮਜ਼ਦੂਰ ਜਦ ਜਾਂਦਾ ਉੱਥੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਕਰੀਏ ਨਾ ਕਰੀਏ 4800 ਦੇ ਕਰੀਬਨ ਸਿਰਫ ਰੀਨਿਊ ਹੋਈ ਆ 5 ਰੱਖ 6 ਲੱਖ ਦੇ ਵਿੱਚੋਂ ਹੁਣ ਸਰਕਾਰ ਦੀ ਮਨਸ਼ਾ ਇਹੀ ਹੈ ਬੀ ਮਜ਼ਦੂਰ ਨੂੰ ਪੈਸਾ ਦਿੱਤਾ ਹੀ ਨਾ ਜਾਵੇ ਜਿਵੇਂ ਇੱਕ ਪੁਰਾਣੇ ਸਮੇਂ ਅਸੀਂ ਤਾਂ ਦੇ ਸੀ ਜੇ ਬੰਦੇ ਆ ਪਿੰਡੂ ਬੰਦੇ ਆ ਕੋਈ ਬੁੜੀਆਂ ਹੁੰਦੀਆਂ ਨੇ ਛਾਤਰ ਸਸਾਂ ਉਹ ਕਹਿੰਦੀਆਂ ਨੇ ਨੂੰ ਮੈਂ ਤੇਰੇ ਵਾਸਤੇ ਆ ਕਰਤਾ ਮੈਂ ਨੂੰ ਤੇਰੇ ਵਾਸਤੇ ਮੈਂ ਆ ਕਰਤਾ ਪਰ ਦੇਣਾ ਜਦ ਉਹਨੂੰ ਲੋੜ ਹੈ ਉਹਨੂੰ ਦਿੰਦੀ 1 ਰੁਪਿਆ ਨਹੀਂ ਹੈ ਉਹੀ ਹਾਲ ਪੰਜਾਬ ਸਰਕਾਰ ਦਾ ਕਹਿੰਦੀ ਤਾਂ ਬਹੁਤ ਕੁਛ ਆ ਵੀ ਮਜ਼ਦੂਰੀਆਂ ਵਾਸਤੇ ਕਰ ਰਹੀਆਂ ਮੈਂ ਪਰ ਕਿਸੇ ਮਜ਼ਦੂਰ ਨੂੰ ਵੀ ਇੱਕ ਸਾਲ ਦੇ ਵਿੱਚ ਕੁਝ ਖਾਸ ਬੈਨੀਫਿਟ ਨਹੀਂ ਮਿਲਿਆ ਸਾਡੀ ਮੰਗ ਇਹੀ ਹੈ ਵੀ ਜਿਹੜਾ ਪੈਸਾ ਮਜ਼ਦੂਰਾਂ ਦਾ ਮਜ਼ਦੂਰਾਂ ਦੇ ਅਕਾਊਂਟ ਚ ਪਿਆ ਉਹਨੂੰ ਵੰਡਣ 'ਚ ਤੁਹਾਨੂੰ ਕੀ ਤਕਲੀਫ ਹੈ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਬੁੜੀਆਂ ਕਹਿੰਦੀਆਂ ਨੇ ਬੜੀ ਤੋਰ ਕਿਉਂ ਚ ਵੰਡ ਤੋਰੀਆਂ ਬੜੀ ਬਹੂ ਦਾ ਨਾਂ ਇਹ ਸਿਰਫ ਆਪ ਦਾ ਨੌਕਰਣ ਦੀ ਖਾਤਰ ਉਹ ਪੈਸਾ ਜਮ੍ਹਾਂ ਕਰੀ ਬੈਠੇ ਨੇ ਵੀ ਸਾਡੇ ذریعے ਅਸੀਂ ਆਪ ਉਹਨੂੰ ਕਿਸੇ ਤਰੀਕੇ ਨਾਲ ਵਰਤ ਲਈਏ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਾਲਾਤ ਜਿਹੜੇ ਨੇ ਸਰਕਾਰ ਦੇ ਮਜ਼ਦੂਰਾਂ ਪ੍ਰਤੀ ਸਾਰਥਕ ਨਹੀਂ ਜਾਪ ਰਹੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਇੱਕ ਵਾਰ ਫਿਰ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਸਰਕਾਰ ਜਿੰਨਾ ਜਿੱਕਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਸੰਘਰਸ਼ ਦਾ ਰਾਹ ਉਲੀਕੀ ਰੱਖਾਂਗੇ ਤੇ ਲਗਾਤਾਰ ਵਿਰੋਧ ਕਰਦੇ ਰਵਾਂਗੇ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਮਜ਼ਦੂਰ ਜਿਹੜੇ ਲੇਬਰ ਆ ਉਹ ਇੱਥੇ ਪਹੁੰਚੇ ਹੋਏ ਆ ਤੇ ਹੱਲੇ ਹੋਰ ਵੀ ਜਿਹੜੇ ਮਜ਼ਦੂਰ ਆ ਤੁਹਾਨੂੰ ਦਿਖਾ ਦਈਏ ਤਸਵੀਰਾਂ ਲਗਾਤਾਰ ਪਹੁੰਚ ਰਹੇ ਨੇ ਉਹਨਾਂ ਦੀ ਅੱਜ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਬੱਸਾਂ ਭਰ ਕੇ ਪੂਰੇ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਤੇ ਸਰਕਾਰ ਦੇ ਖਿਲਾਫ ਜਿਹੜਾ ਸਰਕਾਰ ਨੇ ਰਵਈਆ ਅਪਣਾਇਆ ਹੋਇਆ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੇ ਪ੍ਰਤੀ ਉਸ ਨੂੰ ਕਿਤਨਾ ਕਿਤੇ ਰੋਕਣ ਦੀ ਉਸ ਨੂੰ ਉਸ ਦਾ ਵਿਰੋਧ ਕਰਨ ਦੀ ਲਗਾਤਾਰ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਆ ਉਹ ਜਿਹੜੀਆਂ ਮੰਗਾਂ ਮਜ਼ਦੂਰਾਂ ਦੇ ਬਣਦੇ ਹੱਕ ਨੇ ਉਹ ਪੂਰੇ ਦੇਣ ਦੀ ਰਾਤ ਦੇ ਵਿੱਚ ਨਹੀਂ ਹੈ ਤੇ ਜਿੰਨੇ ਕਰ ਉਹ ਇਹ ਇਰਾਦਾ ਨਹੀਂ ਛੱਡਦੀ ਜਿੰਨ ਜਿਹਨ ਕਰ ਮਜੂਰਾਂ ਦੇ ਹੱਕ ਨਹੀਂ ਮਿਲਦੇ ਉਹਨਾਂ ਚਿਕਰ ਵਿਰੋਧ ਜਾਰੀ ਰਹੇਗਾ